ਬੇੜੀ ਬਹਿ ਸਾਰੇ ਲੈ ਲੈ ਆ ਦੇਖਿਓ ਆ ਕੀ ਆ ਕੜਾ ਵੀ ਲਿਆਓ ਜਿਹੜਾ ਕੋਈ ਪਾਇਆ ਸੀ ਨਾਲ ਕੜਾ ਉਹ ਲਿਆਓ ਇਹ ਚ ਰੱਖੀਏ ਤੇ ਸਹੀ ਕੀ ਚੀਜ਼ ਆ ਨਿਕਲੀ ਇੰਨੀ ਵਿੱਚੋਂ ਆਹ ਸਟੰਟ ਹੁੰਦੇ ਵਿੱਚੋਂ ਨਿਕਲਿਆ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਸ਼ਹੀਦ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ 'ਚ ਅਸੀਂ ਰਹਿੰਦੇ ਹਾਂ ਜੀ ਮੇਰੀ ਮਾਤਾ ਇੰਦਰਜੀਤ ਕੌਰ ਜਿਸ ਤਰ੍ਹਾਂ ਪਹਿਲਾਂ ਮੇਰੀ ਮਿਸੇਜ ਨੇ ਦੱਸਿਆ ਜੀ ਵੀ ਸੁਬਹਾ ਅਸੀਂ 4 ਵਜੇ ਜਾ ਕੇ ਐਡਮਿਟ ਕਰਾਇਆ ਜੀ ਦਿੱਲੀ ਹੋਸਪਿਟਲ ਉਹਨਾਂ ਦੇ ਪੇਨ ਹੁੰਦੀ ਸੀਗੀ ਜੀ ਛਾਤੀ ਦੇ ਵਿੱਚ ਡਾਕਟਰ ਸਾਹਿਬ ਨੂੰ ਚੈੱਕ ਕਰਵਾਇਆ ਉਹ ਕਹਿੰਦੇ ਵੀ ਖੂਨ ਪਤਲੇ ਦਾ ਪਹਿਲਾਂ ਇੰਜੈਕਸ਼ਨ ਲੱਗੂਗਾ 2 ਉਹਨਾਂ ਨੇ ਇੰਜੈਕਸ਼ਨ ਲਾਏ ਆ ਕਹਿੰਦੇ ਵੀ ਇਹਦੇ ਵਿੱਚ ਤੁਹਾਡਾ 50-50 ਚਾਂਸ ਹੈ ਵੀ ਇਹ ਡੈਥ ਵੀ ਹੋ ਸਕਦੀ ਹੈ ਬਚ ਵੀ ਸਕਦੇ ਆ ਸਾਡੇ ਕੋਲ ਹੋਰ ਕੋਈ ਉਪਾਅ ਹੀ ਨਹੀਂ ਸੀ ਅਸੀਂ ਕਿਹਾ ਵੀ ਚਲੋ ਹੁਣ ਇਸ ਤਰ੍ਹਾਂ ਤੜਫੀ ਦੇਖ ਨਹੀਂ ਸਕਦੇ ਜੀ ਫਿਰ ਅਸੀਂ ਕਿਹਾ ਵੀ ਚਲੋ ਭਾਈ ਇੰਜੈਕਸ਼ਨ ਲਾ ਦਿਉ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਪੇਨ ਥੋੜ੍ਹੀ ਜਿਹੀ ਘਟੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਹੀ ECG ਕਰ ਇਕੋ ਵਗੈਰਾ ਕਰਨੀ ਹੈਗੀ ਹੈ ਉਹ ਕੀਤੀ ਇਕੋ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਈਜੋਗ੍ਰਾਫੀ ਕੀਤੀ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਾਨੂੰ 72 ਘੰਟੇ ਦੇ ਵਿੱਚ ਵੀ ਸਮਾਂ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਵੀ ਜੇ ਇਹਨਾਂ ਦਾ 72 ਘੰਟੇ ਸਮਾਂ ਟੱਪ ਜਾਂਦਾ ਤਾਂ ਬਿਲਕੁਲ ਠੀਕ ਹੋ ਜਾਣਗੇ ਦੁਪਹਿਰੇ ਇਹਨਾਂ ਨੇ 3 ਵਜੇ ਆਪਰੇਸ਼ਨ ਕੀਤਾ ਜੀ ਰਾਤ ਨੂੰ 10:12 ਮੇਰੀ ਮੰਮੀ ਬਹੁਤ ਤੜਫੀ ਹੈ ਪੂਰੀ ਨੀਲੀ ਬਾਂਹ ਹੋ ਗਈ ਉਹਨਾਂ ਦੀ ਪੂਰਾ ਸੋਜਿਸ਼ ਆ ਗਿਆ ਸਗੋਂ ਉਹਨਾਂ ਨੂੰ ਅਸੀਂ ਕਿਹਾ ਵੀ ਭਾਈ ਚੈੱਕ ਕਰੋ ਡਾਕਟਰ ਸਾਹਿਬ ਬਿਲਕੁਲ ਆਏ ਨਹੀਂ ਗਏ ਆਪਦਾ ਅੰਦਰ ਜੋ LED 'ਤੇ ਵੇਖ ਵੇਖ ਕੇ ਦੱਸੀ ਗਏ ਫੋਨ ਮਾਰੀ ਗਏ ਆਹ ਇੰਜੈਕਸ਼ਨ ਲਾ ਦਿਉ ਆਹ ਇੰਜੈਕਸ਼ਨ ਲਾ ਦਿਉ 15-20 ਇਹਨਾਂ ਨੇ 10 ਮਿੰਟਾਂ ਦੇ ਵਿੱਚ ਇੰਜੈਕਸ਼ਨ ਲਾ ਤੇ ਮੇਰੀ ਮਾਂ ਤੜਫ ਤੜਫ ਕੇ ਮਰ ਗਈ ਕਹਿੰਦੇ ਹਾਰਟ ਫੇਲ ਹੋ ਗਿਆ ਜੀ ਬਹੁਤ ਮਾੜੀ ਸਥਿਤੀ ਨਾਲ ਇਹਨਾਂ ਨੇ ਜਾਣੀ ਕਿ ਨਾ ਉੱਥੇ ਕੋਈ ਸਫਾਈ ਵਗੈਰਾ ਦਾ ਧਿਆਨ ਆ ਜੀ ਅਤੇ ਮੇਰੀ ਮੰਮੀ ਦੀ ਡੈਥ ਹੋ ਗਈ ਆਹ ਸਮਾਨ ਨਿਕਲਿਆ ਜੀ ਸਾਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਅਸੀਂ ਕਿਹਾ ਚਲੋ ਜੋ ਰੱਬ ਦਾ ਭਾਣਾ ਇਹਨਾਂ ਨੇ ਸਾਨੂੰ ਕਿਹਾ ਸੀ 72 ਘੰਟੇ ਸਿਗਨੇਚਰ ਵਗੈਰਾ ਇਹਨਾਂ ਨੇ ਸਾਥੋਂ ਪਹਿਲਾਂ ਲੈ ਲਏ ਜੀ ਅਤੇ ਅਸੀਂ ਕਿਹਾ ਵੀ ਚਲੋ ਰੱਬ ਦਾ ਭਾਣਾ ਚਲੋ ਹੋ ਗਿਆ ਹੋਊਗਾ ਜਦੋਂ 72 ਘੰਟੇ ਇਹਨਾਂ ਨੇ ਕਿਹਾ ਹੀ ਹੈ ਅਸੀਂ ਬਿਲਕੁਲ ਸਾਨੂੰ ਇਸ ਬਾਰੇ ਕੋਈ ਹੈ ਹੀ ਨਹੀਂ ਸੀਗਾ ਜੀ ਜਦੋਂ ਅਸੀਂ ਸੰਸਕਾਰ ਤੋਂ ਬਾਅਦ ਅੱਜ ਫੁੱਲ ਚੁਗਣ ਗਏ ਹਾਂ ਜੀ ਅਤੇ ਫੁੱਲਾਂ ਦੇ ਵਿੱਚੋਂ ਆਹ ਸਮਾਨ ਨਿਕਲਿਆ ਜੀ ਸਾਨੂੰ ਤਾਂ ਫਿਰ ਅਸੀਂ ਹੱਕੇ ਬੱਕੇ ਰਹਿ ਗਏ ਵੀ ਵਿਚਾਰੀ ਇੰਨਾ ਤੜਫਦੀ ਰਹੀ ਉਹ ਅਖੀਰ 'ਤੇ ਉਹਨਾਂ ਦੀ ਡੈਥ ਹੋ ਗਈ ਜੀ ਰਾਤ ਨੂੰ 12 ਵਜੇ ਦੇ ਲਗਭਗ ਜੀ ਮੈਂ ਮੇਰਾ ਨਾਮ ਹੈ ਡਾਕਟਰ ਗੌਰਵ ਡਾਕਟਰ ਇੱਕ ਪੇਸ਼ੈਂਟ ਸੀਗੇ ਲੇਡੀਜ਼ ਕੁਛ ਕਾਫੀ ਉਮਰ ਸੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਅਤੇ
ਉਹਨੇ ਜਦੋਂ ਫੁੱਲ ਚੁਗਣ ਜਾਂਦੇ ਆ ਸਸਕਾਰ ਤੋਂ ਬਾਅਦ ਫੈਮਿਲੀ ਮੈਂਬਰ, ਤੇ ਉਹਨਾਂ ਕੁਝ ਇਸ ਤਰ੍ਹਾਂ ਦਾ ਸਮਾਨ ਮਿਲਦਾ ਕਿ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਜਦੋਂ ਸਾਡੇ ਬੀਜੀ ਦਾ ਅਸੀਂ ਟ੍ਰੀਟਮੈਂਟ ਕਰਾਇਆ ਸੀ ਤੇ ਉਹ ਸਮਾਨ ਡਾਕਟਰ ਵੱਲੋਂ ਵਿੱਚ ਛੱਡ ਦਿੱਤਾ ਗਿਆ, ਕੀ ਮਾਮਲਾ ਕੀ ਹੈ? ਦੇਖੋ ਇਹ ਜਿਹੜੀ ਅਸੀਂ ਐਂਜੀਓਗ੍ਰਾਫੀ ਕਰਦੇ ਹਾਂ ਜਾਂ ਐਂਜੀਓਪਲਾਸਟੀ ਕਰਦੇ ਹਾਂ, ਸਾਡੇ ਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਰਾ ਕੁਛ ਜੋ ਵੀ ਅਸੀਂ ਪ੍ਰੋਸੀਜਰ ਕਰਦੇ ਹਾਂ ਨਾ, ਇੱਕ ਇੱਕ ਸਟੈਪ ਆ ਨਾ, ਉਹਦੀ ਵੀਡੀਓ ਬਣਦੀ ਹੈ। ਪੇਸ਼ੈਂਟ ਦੇ ਅੰਦਰ ਕੀ ਹੋ ਰਿਹਾ, ਕਿੱਥੇ ਕਿਹੜੀ ਤਾਰ ਜਾ ਰਹੀ ਹੈ, ਕਿੱਥੇ ਕਿਹੜਾ ਸਟੈਂਡ ਪੈ ਰਿਹਾ, ਕਿਵੇਂ ਫੁੱਲ ਰਿਹਾ, ਕਿਵੇਂ ਅਸੀਂ ਖੋਲ੍ਹਿਆ ਗਾ, ਕੋਈ ਕੰਪਲੀਕੇਸ਼ਨ ਹੁੰਦੀ ਆ ਉਹਦੀ ਵੀ ਨਾਲ ਦੀ ਨਾਲ ਵੀਡੀਓ ਬਣਦੀ, ਉਹ ਸਾਡੇ ਕੋਲ ਸਾਰੀ ਹੈ। ਉਹਨੂੰ ਅੱਛਾ ਉਸਨੂੰ ਕੋਈ ਕੋਈ ਨਾ ਉਹਨੂੰ ਮੈਂ ਉਹਨੂੰ ਕੋਈ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ, ਉਵੇਂ ਦੀ ਉਵੇਂ ਮਸ਼ੀਨ ਦੇ ਵਿੱਚ ਪਈ ਰਹਿੰਦੀ ਹੈ। ਇੱਕ ਤਾਂ ਅਸੀਂ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਵੀਡੀਓ ਕੀ ਹੁੰਦੀ ਹੈ, ਉਹ ਐਕਸਰੇ ਹੁੰਦੀ ਹੈ, ਇੱਕ ਤਰ੍ਹਾਂ ਦੇ ਐਕਸਰੇ ਹੁੰਦੇ ਆ, ਸਿਨੇ ਹੁੰਦਾ ਹੈਗਾ, ਐਕਸਰੇ ਹੁੰਦਾ ਹੈਗਾ। ਤੁਹਾਨੂੰ ਪਤਾ ਵੀ ਕੋਈ ਵੀ ਆ ਸਟੀਲ ਦੀ ਚੀਜ਼ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਕੱਢੀਆਂ, ਮੈਟਲ ਦੀਆਂ ਹੀ ਆ ਨਾ, ਤੁਹਾਨੂੰ ਦਿਖਦੀਆਂ ਹੋਣਗੀਆਂ, ਕੋਈ ਪਲਾਸਟਿਕ ਤਾਂ ਹੈ ਨਹੀਂ ਗਾ। ਇਹ ਜੇ ਕੁਛ ਵੀ ਇੱਦਾਂ ਦਾ ਰਹਿੰਦਾ ਸੀਗਾ ਤਾਂ ਉਸ ਮਸ਼ੀਨ ਦੇ ਵਿੱਚ ਵੈਸੇ ਤੁਹਾਨੂੰ ਦਿਖ ਜਾਣਾ ਸੀਗਾ, ਕਿਉਂਕਿ ਉਹ ਵੀ ਇੱਕ ਤਰ੍ਹਾਂ ਦੇ ਐਕਸਰੇ ਹੁੰਦੇ, ਕੋਈ ਵੀ ਮੈਟਲ ਦੀ ਚੀਜ਼ ਉਹਦੇ ਵਿੱਚ ਦਿਖ ਜਾਂਦੀ ਹੈਗੀ ਆ। ਪਹਿਲੀ ਗੱਲ ਤਾਂ ਉਹ ਇਹੋ ਜਿਹਾ ਕੁਛ ਵੀ ਨਹੀਂ ਹੈਗਾ, ਉਹ ਆਪਾਂ ਵੀਡੀਓ ਦੇਖ ਕੇ ਪ੍ਰੂਵ ਕਰ ਸਕਦੇ, ਆਪਣੇ ਕੋਲ ਪ੍ਰੂਫ ਵੀ ਹੈ ਉਹਦੇ ਵਿੱਚ ਹੀ ਪਿਆ ਹੈਗਾ ਵੀਡੀਓ, ਤਾਂ ਜਿਵੇਂ ਹਰ ਕੇਸ ਲਈ ਅਸੀਂ ਕਰਦੇ ਹਾਂ। ਦੂਸਰਾ ਇਹ, ਹਾਂਜੀ, ਟ੍ਰੀਟਮੈਂਟ ਪੇਸ਼ੈਂਟ ਪੁਰਾਣਾ ਪੇਸ਼ੈਂਟ ਹੈਗਾ ਜੀ, ਇੱਕ ਸਾਲ ਪਹਿਲਾਂ ਉਹਨਾਂ ਦੀਆਂ ਤਿੰਨ ਨਾੜਾਂ 'ਚ ਬਲੋਕੇਜ ਹੈਗੀ ਸੀ, ਕਾਫੀ ਇੱਕ ਪੁਰਾਣੀ ਬੰਦ ਸੀ 100% ਨਾੜ। ਉਹਨਾਂ ਨੂੰ ਉਦੋਂ ਕਿਹਾ ਗਿਆ ਸੀਗਾ ਡਾਕੂਮੈਂਟਡ ਐਂਜੀਓਗ੍ਰਾਫੀ ਕਰਨ ਤੋਂ ਬਾਅਦ ਇੱਕ ਸਾਲ ਪਹਿਲਾਂ ਕਿ ਤੁਸੀਂ ਇਹਨਾਂ ਦੀ ਟਾਈਮ ਨਾਲ ਜਲਦੀ ਬਾਈਪਾਸ ਕਰਵਾ ਲਓ, ਜ਼ਿਆਦਾ ਪ੍ਰੋਬਲਮ ਹੈਗੀ ਆ ਮਾਤਾ ਜੀ ਦੀ, ਅਤੇ ਆਹ ਦਵਾਈਆਂ ਲਓ ਨਾ। ਉਹਨਾਂ ਨੇ ਦਵਾਈਆਂ ਵੀ ਨਹੀਂ ਲਿੱਤੀਆਂ ਅਤੇ ਬਾਈਪਾਸ ਵੀ ਨਹੀਂ ਕਰਾਈ, ਅਤੇ ਜਿਸ ਚੀਜ਼ ਦਾ ਡਰ ਸੀਗਾ ਇੱਕ ਸਾਲ ਤੱਕ ਉਹ ਚੱਲਦੇ ਫਿਰਦੇ ਰਹੇ, ਉਸ ਤੋਂ ਬਾਅਦ ਹੁਣ ਆ ਕੇ ਅਟੈਕ ਆ ਗਿਆ, ਮੇਜਰ ਅਟੈਕ ਆਇਆ। ਮੇਜਰ ਅਟੈਕ ਆਉਣ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਪਹੁੰਚਿਆ ਉਸ ਟਾਈਮ ਤਾਂ ਕਾਫੀ ਹਾਲਤ ਖਰਾਬ ਸੀ, ਦਿਲ ਵੀ ਵੀਕ ਹੋ ਚੁੱਕਿਆ ਸੀਗਾ ਉਹਨਾਂ ਦਾ, ਕਾਫੀ ਕਮਜ਼ੋਰ ਹੋ ਚੁੱਕਿਆ ਸੀ। ਜਿਵੇਂ ਤਿਵੇਂ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਸੈਟਲ ਕੀਤਾ, ਫਿਰ ਐਂਜੀਓਗ੍ਰਾਫੀ ਕੀਤੀ, ਐਂਜੀਓਗ੍ਰਾਫੀ 'ਚ ਉਹੀ ਨਾੜਾਂ ਬੰਦ ਨਿਕਲੀਆਂ, ਉਹਦੇ ਵਿੱਚ ਜਿਹੜੀ ਅਟੈਕ ਵਾਲੀ ਨਾੜ ਸੀ ਉਹ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਖੋਲ੍ਹਾਂਗੇ, ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ, ਉਹ ਅਸੀਂ ਸਟੈਂਟ ਪਾ ਕੇ ਖੋਲ੍ਹੀ, ਵਧੀਆ ਰਿਜ਼ਲਟ ਆਇਆ, ਖੁੱਲ੍ਹ ਗਈ ਨਾੜ। ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਬਾਹਰ ਆਈ ਸੀ 'ਚ ਭੇਜਤਾ, ਪੇਸ਼ੈਂਟ ਵਧੀਆ 24 ਘੰਟੇ 48 ਘੰਟੇ ਵਧੀਆ ਰਿਹਾ ਹੈਗਾ। ਉੱਥੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਹੋਵੇ, ਜਿੰਨਾ ਇਹ ਸਮਾਨ ਜਾਂ ਉਹ ਦਿਖਾ ਰਹੇ ਹੈਗੇ ਆ ਇੰਨਾ ਹੋਵੇ ਤਾਂ ਪੇਸ਼ੈਂਟ ਦਾ ਤਾਂ ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਹੈਗਾ। ਦੇਖੋ ਸਾਨੂੰ ਤਾਂ ਨਹੀਂ ਲੱਗਦਾ ਕਿ ਕੁਛ ਖਾਸ ਹੋਣਾ ਚਾਹੀਦਾ ਹੈਗਾ ਵੀ ਸਾਡੇ ਨਾਲ ਰਿਲੇਟਡ, ਤਾਂ ਅਸੀਂ ਤੁਹਾਨੂੰ ਇੱਕ ਤਾਂ ਇਹ ਵੀਡੀਓ ਵੀ ਦਿਖਾਵਾਂਗੇ ਐਕਸਰੇ ਦੀ, ਜਿਹੜੀ ਤੁਹਾਨੂੰ ਜਿਸ 'ਚ ਸਾਰੀ ਬੋਡੀ ਦੇ ਥਰੂ ਐਂਡ ਥਰੂ ਐਕਸਰੇ ਹੋ ਜਾਂਦਾ ਹੈਗਾ, ਕੁਛ ਵੀ ਹੋਵੇ ਪਤਾ ਲੱਗ ਜਾਂਦਾ ਹੈਗਾ, ਠੀਕ ਹੈ। ਪਲੱਸ ਸਾਡੀ ਜਿਹੜਾ ਕੰਮ ਕਰਨ ਦੇ ਜਿਹੜੇ ਇੰਸਟਰੂਮੈਂਟ ਆ ਨਾ, ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਅਸੀਂ ਮਿਲੀਮੀਟਰ, ਜਿਵੇਂ ਸਾਡਾ ਸਭ ਤੋਂ ਵੱਡਾ ਸਟੈਂਟ ਹੁੰਦਾ ਹੈਗਾ ਆਮ ਤੌਰ 'ਤੇ 4x48 ਦਾ ਹੁੰਦਾ ਹੈਗਾ, ਯਾਨੀ ਕਿ 4 ਮਿਲੀਮੀਟਰ ਮੋਟਾ ਵੱਧ ਤੋਂ ਵੱਧ ਸਟੈਂਟ ਹੁੰਦਾ ਹੈਗਾ, 4 ਮਿਲੀਮੀਟਰ ਜਿੰਨਾ। ਜਿਹੜੀਆਂ ਸਾਡੀਆਂ ਵਾਇਰਸ ਹੁੰਦੀਆਂ ਉਹ 1 ਮਿਲੀਮੀਟਰ 1.5 ਮਿਲੀਮੀਟਰ ਦੀਆਂ ਹੁੰਦੀਆਂ ਹੈਗੀਆਂ, ਕੋਈ ਵੀ ਸਮਾਨ ਆ ਸਾਡਾ ਮਤਲਬ ਕਿ 2 mm 3 mm ਤੋਂ ਜ਼ਿਆਦਾ ਨਹੀਂ ਹੁੰਦਾ ਹੈਗਾ। ਤਾਂ ਇਸ ਤਰ੍ਹਾਂ ਦਾ ਜੇ ਕਿਸੇ ਦੇ ਰੱਬ ਨਾ ਕਰੇ ਇਸ ਦੇ ਵਿੱਚ ਕੁਛ ਰਹਿ ਵੀ ਜਾਂਦਾ ਨਾ, ਤਾਂ ਉਹਨੂੰ ਲੱਭਣਾ ਮਿਲਣਾ ਤੁਸੀਂ ਆਪ ਸੋਚੋ, ਇੰਨੀ ਵੱਡੀ ਬੋਡੀ 'ਚ ਇਸ ਤਰ੍ਹਾਂ ਦੇ ਫੁੱਲ ਚੁੱਕਦੇ ਆ ਤਾਂ ਕੀ ਮਿਲੂਗਾ? ਇੱਕ ਜਿਵੇਂ ਮੰਨ ਲਓ ਇੱਕ ਧਾਗਾ ਹੈਗਾ, ਧਾਗੇ ਵਰਗੀਆਂ ਚੀਜ਼ਾਂ ਨਾਲ ਅਸੀਂ ਇਹ ਸਾਰਾ ਕੁਛ ਕਰਦੇ ਹੈਗੇ, ਧਾਗਾ ਹੈਗਾ, ਸਟੈਂਟ ਹੈ, ਬੜੀ ਛੋਟੀ ਪਤਲੀ ਜਿਹੀ ਜਾਲੀ ਹੁੰਦੀ ਹੈ ਸਟੈਂਟ, ਉਸਦਾ ਇਹਨਾਂ ਚੀਜ਼ਾਂ 'ਚ ਮਿਲਣਾ ਬਹੁਤ ਹੀ ਉਹ ਹੈਗਾ, ਇਹ ਜੋ ਵੀ ਮਿਲਿਆ ਹੈਗਾ ਉਹ ਬਿਲਕੁਲ ਵੀ ਸਾਡੇ ਪ੍ਰੋਸੀਜਰ ਨਾਲ
ਬਿਲਕੁਲ ਵੀ ਰਿਲੇਟਡ ਨਹੀਂ ਹੈਗਾ ਕਿਸੇ ਤਰ੍ਹਾਂ ਵੀ। ਕਿੰਨੀ ਤਰੀਕ ਨੂੰ ਤੁਹਾਡੇ ਕੋਲ ਆਏ ਸੀ ਔਰ ਕਿੰਨੀ ਤਰੀਕ ਨੂੰ ਮੰਨ ਲਓ ਗਏ ਸੀ, ਜੱਥੇ ਕਿੱਧਰ ਹੋਈ ਹੈ?